ਦੁਨੀਆਂ ਦੇ ਵਿੱਚ ਕੁਛ ਵੀ ਨਹੀਂ ਹੋਏਗਾ ਤਾਂ ਵਿਦਵਾਨ ਲੋਕ ਕਹਿੰਦੇ ਨੇ ਉਦੋਂ ਕੇਵਲ ਤੇ ਕੇਵਲ ਔਰਤ ਸੱਚ ਰਹੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ ਤੇ ਬਾਅਦ ਵਿੱਚ ਵੀ ਸੱਚ ਹੈ। ਐਵੇਂ ਹੀ ਮੇਰੇ ਸਤਿਗੁਰਾਂ ਨੇ ਪਹਿਲੇ ਪਾਤਸ਼ਾਹ ਨੇ ਪਹਿਲੀਆਂ ਪੌੜੀਆਂ ਤੇ ਪਹਿਲੀ ਬਾਣੀ ਵਿੱਚ ਹੀ ਕਹਿ ਦਿੱਤਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤਿੰਨ ਸਮੇਂ ਭੂਤ ਕਾਲ ਲੰਘ ਚੁੱਕਿਆ ਵਰਤਮਾਨ ਵਿੱਚ ਬੈਠੇ ਹਾਂ ਭਵਿੱਖਤ ਕਾਲ ਫਿਊਚਰ ਆਉਣ ਵਾਲਾ ਸਮਾਂ ਤਿੰਨਾਂ ਸਮਿਆਂ ਦੇ ਵਿੱਚ ਇਹ ਸੱਚ ਰਹੇਗਾ। ਬਾਕੀ ਜਿੰਨਾ ਵੀ ਬਾਬਾ ਬਾਤ ਦੇਹ ਧਾਰੀ ਪਖੰਡ ਇਹ ਜਿੰਨੀ ਵੀ ਵਿਚਰ ਪਿਚਰ ਹੈ ਸਭ ਖਤਮ ਹੋ ਜਾਣੀ ਹੈ ਤੇ ਸਮੇਂ ਮੁਤਾਬਕ ਖਤਮ ਹੋ ਰਹੀ ਹੈ। ਜੇ ਸਿੱਖਾਂ ਦੇ ਘਰ ਜਨਮ ਲੈ ਕੇ ਜੇ ਸਾਡੇ ਮਨ ਦੇ ਵਿੱਚ ਅਜੇ ਵੀ ਸਾਡੇ ਦਿਮਾਗ ਦੇ ਵਿੱਚ ਕੋਈ ਦੇਹ ਧਾਰੀ ਬਾਬੇ ਦੀ ਮੂਰਤ ਬੈਠੀ ਹੈ ਤਾਂ ਇਹਦਾ ਮਤਲਬ ਅਜੇ ਤੂੰ ਸਿੱਖ ਨਹੀਂ ਹੈ। ਵੇਲੇ ਟਾਵੇਂ ਟਾਵੇਂ ਬੰਦਗੀ ਵਾਲੇ ਸੰਸਾਰ ਵਿੱਚ ਬੰਦਗੀ ਕਰਕੇ ਸਿੱਖੀ ਦਾ ਮਾਰਗ ਰਸਤਾ ਪਰ ਉਹਨਾਂ ਨੇ ਆਪਣੇ ਆਪ ਵੀ ਹੋਰ ਨਿਰਧਾਰ ਦੇ ਲਿਆ। ਜਦੋਂ ਸੰਤ ਜਰਨੈਲ ਸਿੰਘ ਜੀ ਜਦੋਂ ਉਹ ਦੌਰ ਚੱਲਿਆ ਉਦੋਂ ਕੁਝ ਕਵੀਸਰਾਂ ਨੇ ਇੱਕ ਕਵਿਤਾ ਬਣਾਈ ਸੀ, ਕਹਿੰਦੇ ਸੰਤ ਭਿੰਡਰਾਂ ਵਾਲੇ ਆਏ ਨੇ ਸੁੱਧੀ ਕੌਮ ਜਗਾਤੀ, ਸੰਤਾਂ ਨੇ ਉਹਨਾਂ ਨੂੰ ਝਿੜਕਿਆ। ਵੇਖੋ ਇਹ ਹੁੰਦੀ ਹੈ ਜੋਧੇ ਦੀ ਗੱਲ, ਉਹਨਾਂ ਨੂੰ ਝਿੜਕਿਆ। ਉਹ ਕਹਿੰਦੇ ਮੈਂ ਕਵੀਸਰਾਂ ਨੂੰ ਕਵੀਆਂ ਨੂੰ ਇਹ ਬੇਨਤੀ ਕਰਦਾ, ਕਹਿੰਦੇ ਭਿੰਡਰਾਂ ਵਾਲਿਆਂ ਨੇ ਸੁੱਧੀ ਕੌਮ ਨਹੀਂ ਜਗਾਈ, ਨਾਲੇ ਕਿ ਉਹਨਾਂ ਦੀ ਦੇਣ ਬੜੀ ਹੈ। ਉਹ ਕਹਿੰਦੇ ਭਿੰਡਰਾਂ ਵਾਲੇ ਨਹੀਂ ਜਗਾਈ, ਕਹਿੰਦੇ ਸੁੱਧੀ ਕੌਮ ਜਗਾਈ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਵਾਲਾ ਸੱਚੇ ਪਾਤਸ਼ਾਹ ਨੇ, ਆ ਬਾਣੀ ਨੇ ਜਗਾਈ ਹੈ। ਇਹ ਤੋਂ ਸਿੱਧ ਹੁੰਦਾ ਹੈ ਕਿ ਉਹਨਾਂ ਦੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਕਿੰਨਾ ਪਿਆਰ ਤੇ ਅਥਾਹ ਸੀ ਤੇ ਅੱਜ ਤਾਂ ਜਣਾ ਖਣਾ ਹੀ ਆਪਣੇ ਵੱਲ 108 ਤੇ 112 ਰਖਾ ਲੈਂਦਾ। ਮੈਂ ਵਿਸ਼ੇ ਵੱਲ ਆਵਾਂ, ਕਹਿੰਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਉਦੋਂ ਵੀ ਸੱਚ ਸੀ ਤੇ ਅੱਜ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ। ਪਰ ਭਗਤ ਜੀ ਨੇ ਇੱਥੇ ਸੂਰ ਤੇ ਗੁਰਮੁਖ ਸਾਕਤ ਬੰਦੇ ਦਾ ਟਕਰਾਅ ਕਰਾਇਆ। ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ ਰੱਖੇ ਆਛਾ ਗਾਓ, ਕਹਿੰਦੇ ਕਿਉਂ ਆਛਾ ਦੇ ਅਰਥ ਨੇ ਸਫਾਈ ਕਰਨੀ। ਕਹਿੰਦੇ ਜਦੋਂ ਸਾਕਤ ਬੰਦਾ ਮਰ ਗਿਆ ਤੇ ਇਧਰੋਂ ਮਰ ਗਿਆ ਕਹਿੰਦੇ ਸੂਰ, ਪਿੰਡ ਦੇ ਲੋਕਾਂ ਨੇ ਸਾਕਤ ਬੰਦੇ ਨੇ ਜਿਹੜਾ ਉਹ ਜਿੰਨਾ ਚਿਰ ਜਿਉਂਦਾ ਉਹ ਆਪ ਵਿਕਾਰ ਭੋਗਦਾ ਤੇ ਪਿੰਡ ਦੇ ਵਿੱਚ ਜਾਂ ਸ਼ਹਿਰ